ਤਿਆਰੀ ਫਿਰ ਪਕੌੜਿਆਂ ਦੀ? ਹਾਂ ਪੁੱਤਰ, ਤੂੰ ਆਖਿਆ ਸੀ ਵੀ ਅੱਜ ਪਕੌੜੇ ਖਾਣੇ ਨੇ ਤੇ ਮੈਂ ਫਿਰ ਲੱਗ ਪਈ ਆਲੂ ਦੇ ਗੰਢੇ ਛਿੱਲਣ। ਮੈਨੂੰ ਵੀ ਪਿੱਛੇ ਫਰਮਾਇਸ਼ ਆਈ ਸੀ, ਮੰਮੀ ਤੇ ਚਾਚੀ ਗਈਆਂ ਸੀ ਸੀਨ ਬਣਾਉਣ ਵੀਡੀਓ ਦਾ। ਅੱਛਾ, ਤੇ ਉੱਥੇ ਜਾ ਕੇ ਪਹਿਲਾਂ ਹੱਥ ਪਾਇਆ ਸੁੰਗਰਿਆਂ ਨੂੰ, ਫਿਰ ਪਾਲਕ ਤੇ ਧਨੀਆ, ਤੇ ਫਿਰ ਸਲਾਹ ਬਣਾਤੀ ਪਕੌੜੇ ਖਾਣੇ ਆ। ਚੱਲ ਕੋਈ ਨੀ ਪੁੱਤ, 10-20 ਮਿੰਟਾਂ 'ਚ ਹੁਣੇ ਪਕੌੜੇ ਬਣ ਜਾਣੇ ਨੇ, ਇਹ ਕਿਹੜੀ ਗੱਲ ਆ। ਆ ਗਈਆਂ ਸੀਨ ਬਣਾ ਲਈਏ ਫਿਰ ਵੀਡੀਓ ਦੇ ਨਾਲੇ ਬਣਾ ਲੈਨੇ ਆ। ਪਾਲਕ ਕਿੱਥੇ ਰੱਖ ਜੰਨੇ ਆ? ਠੀਕ ਹੈ ਮੰਮੀ, ਕੱਟਣ ਲਈ ਦੇ। ਹਾਂ ਦੇ ਆ ਕੱਟ। ਆ ਵੇਖੋ ਕਿੰਨੀ ਸੋਹਣੀ ਪਾਲਕ ਹੀ, ਤੇ ਪਾਲਕ ਵੇਖ ਕੇ ਤੇ ਹੀ ਸੋਚਿਆ ਅੱਜ ਪਕੌੜੇ ਖਾਂਦੇ ਆ। ਚਲ ਵਧੀਆ ਵਧੀਆ ਕੇ। ਤੇ ਮੈਂ ਮੰਮੀ ਭਾਵੇਂ ਗੁੱਸੇ ਹੋਣਾ ਵੀ ਬਣਾਉਣ ਵੀਡੀਓ ਦੀ ਸੀਨ ਗਏ ਤੇ ਪਕੌੜਿਆਂ ਦੀ ਫਰਮਾਇਸ਼ ਕਰਨ ਦੀਆਂ। ਨਹੀਂ ਗੁੱਸੇ ਕਿਉਂ ਹੋਣਾ, ਮੈਂ ਜਿਹੜੀ ਚੀਜ਼ ਨੂੰ ਦਿਲ ਕਰਦਾ ਉਹ ਬਣਾ ਲੈਂਦੇ ਆ ਘਰ ਦੀ। ਆਹਾਂ ਕਿਹੜੀ ਕਿਤੇ ਬਾਹਰੋਂ ਲਿਆਉਣੀ ਆ, ਵੇਖ ਕਿੰਨੀ ਸੋਹਣੀ ਪਾਲਕ। ਪਾਲਕ ਜ਼ਿਆਦਾ ਨਹੀਂ ਲੈਣਤੀ ਆਪਾਂ? ਮਨਾ ਕੀ ਗੱਲ, ਇੱਕ ਚੀਜ਼ ਹੋਰ ਵੀ ਲੈ ਕੇ ਆਇਆ ਨਾ, ਬਾਥੂ ਆ ਜਾਂਦਾ। ਨਾਲ ਲੂਣ ਵਾਲੇ ਚੌਲ ਬਣਾ ਲਿਓ, ਨਾਲ ਲੂਣ ਵਾਲੇ ਚੌਲ ਬਣਾ ਲਾਂਗੇ, ਦਹੀਂ ਹੈਗਾ। ਹਿੱਲੀ ਗਿਆ ਤਾਂ ਜਾਣੇ ਖਲੋ ਜਾਓ ਇੱਕ ਥਾਂ ਤੇ। ਸਾਹੀ ਲੈਣ ਜੀ ਕਰਨੀ, ਦੋ ਕੇ ਸਵਾ ਕੇ ਦੋ ਫੋਨ ਕਰ ਦਾਂਗੇ ਡਰਾਈਵਰ ਨੂੰ, ਹੈਨਾ ਸਿੰਘੋ ਕੇ ਆਪਣੀ ਬਾਤ ਤੇ ਜੁੜ ਰਹੀ ਤੇ ਸਾਨੂੰ ਵੀ ਪਕੌੜੇ ਖਾ ਲੈਣੀ ਹੋਰ ਜੰਗਲ ਨੂੰ ਖਾਏਗੀ ਉਹ ਕੁੜੀ ਨੇ ਠੰਡੇ ਸਰੀ ਖਾਣੇ। ਫਿਰ ਅੱਜ ਐਵੇਂ ਸੁਨਾਹ ਜੀ ਬਣ ਗਈ, ਮੌਸਮ ਵੇਖ ਕੇ ਕਿ ਪਕੌੜੇ ਖਾਣੇ ਆ। ਚਲੋ ਵਧੀਆ ਹੋ ਗਿਆ ਨਾ, ਸਾਰੇ ਇਕੱਠੇ ਹੋਏ ਆ ਨਾ ਖਾ ਲਾਂਗੇ। ਜਿੰਨਾ ਮੈਂ ਤੁਹਾਡੇ ਨਾਲ ਤੁਹਾਡਾ ਦੇ ਇਹਦੇ ਨਾਲੋਂ ਨਾ ਹੀ ਇੱਥੇ ਸੀਨ ਕਰਾਉਂਦਾ ਸਬਜ਼ੀ 'ਚ। ਕੋਈ ਗੱਲ ਨਹੀਂ, ਜਿਹੜੀ ਦਿਲ ਕਰਦਾ ਇਹ ਚੀਜ਼ ਖਾਣ ਨੂੰ ਤੇ ਆਹ ਕਿਹੜੀ ਕਿਤੇ ਮੁੱਲ ਲੈਣ ਜਾਣੀ ਹੈ। ਬੇਸਣ ਵੀ ਘਰ ਹੋਇਆ, ਗੰਢੇ ਆ, ਆਲੂ, ਪਾਲਕ ਤੇ ਮੰਮੀ ਤੇਲ ਵੀ ਕਰਦਾ ਹੀ ਹੈ। ਹੋਰ ਵੀ ਬੜਾ ਸੋਹਣਾ ਬਾਥੂ ਆ, ਆਪਾਂ ਤੇ ਹੋਰ ਅਜੇ ਤੋੜ ਕੇ ਲਿਆਉਣਾ ਵਾ। ਆ ਵੀਡੀਓ ਕਰਕੇ ਫਿਰ ਅਸੀਂ ਵੀਡੀਓ ਕਰਕੇ ਆਣਾ ਕੇ ਤੋੜਨ ਕੇ ਹੱਥੋਂ ਤੇ ਫੇਰ ਤੋੜ ਲੈਣੇ ਆ। ਚਲ ਕੋਈ ਨਹੀਂ, ਬਾਥੂ ਅਜੇ ਨਾ ਨਾ ਛੇੜਾਂਗੇ, ਪਹਿਲਾਂ ਪਕੌੜਿਆਂ ਵੱਲ ਹੋ ਜਾਈਏ। ਚਲੋ ਪਹਿਲਾਂ ਕੱਢ ਲਓ ਫਿਰ। ਅੱਗ ਬਾਲ ਲਈਏ ਫਟਾਫਟ, ਕੋਈ ਬਾਲੋ ਬਾਲੋ ਬਾਲ ਲਈਏ ਹਨਾ। ਹਾਂ ਹੋਏ ਨਹੀਂ 10 ਮਿੰਟ ਬਾਸ਼ਲਾ ਹੋ ਗਏ ਆ। ਕਿੰਨਾ ਬੜਾ ਮਟੀਰੀਅਲ ਵੇਖ ਪਾਰਟੀ 'ਚ ਕਿੰਨਾ ਕੀਤਾ ਵਾ, ਮੰਨ ਲਾ ਕਿ ਖੁੱਲਾ ਹੀ ਕੰਮ ਆ। ਉਹਨੂੰ ਭੁੱਖ ਲੱਗੀ, ਉਹ ਕੋਲ ਗੜੀ ਖਾਈ ਜਾਣ ਦੀ ਹੈ। ਬੁਖਾਰ ਸਹੀ ਪੱਕੋ, ਦੇਖੀਏ ਸਾਰੇ ਕੰਮ ਕਰਨ ਦੀ ਆ। ਮੈਂ ਕਿਹਾ ਤੈਨੂੰ ਫੇਰ ਚੀਜ਼ੀ ਮਿਲਣੀ ਆ, ਜਾ ਕਰਦ ਲੈ ਕੇ ਆ ਛੇਤੀ, ਆ ਪੈਕਟ ਪੈ ਭਜੋ ਭਜੋ ਕਰਦ ਲੈ ਕੇ ਆ। ਤੇਲ ਤੂਲ ਪਾ ਲਓ, ਹਿੱਚ ਕੇ ਪਾਣੀ 'ਚ ਕੱਢਣੇ ਆ। ਪਾਉਣ ਲੱਗਿਆ ਮੰਮੀ ਨੂੰ ਭੇਜਿਆ ਲੈਣ ਵਾਸਤੇ। ਸਾਰਿਆਂ ਨੂੰ ਕੰਮ ਲਾਇਆ ਮੰਮੀ ਨੇ, ਮਾਸਟਰ ਸ਼ੈੱਫ। ਸਹੀ ਗੱਲ ਆ, ਮੰਮੀ ਨੇ ਕਿਸੇ ਨੂੰ ਪਹਿਲਾਂ ਮੈਨੂੰ ਪਾਲਕ ਧੋਣ ਲਾਇਆ ਸੀ ਵੀ ਪਾਲਕ ਧੋ ਕੇ ਕੱਟਣੀ ਆ, ਫਿਰ ਬੇਸਣ ਛੱਡਣੇ, ਹੁਣ ਮੈਨੂੰ ਕਹਿੰਦੇ ਵੀ ਲੂਣ ਮਸਾਲਾ ਲਿਆ ਕੇ ਪਾ। ਤੇ ਬਾਕੀ ਸਾਰੇ ਕੰਮ ਕਰਦੇ ਤਾਂ ਆਪ ਮੰਮੀ ਉੱਥੇ ਟੋਰ ਹੈ ਮੰਮੀ ਦੀ। ਕਹਿ ਹੱਥ ਨੂੰ ਹੱਥ, ਕੰਮ ਕਰੋਗੇ ਤਾਂ ਖਾਓਗੇ। ਨਾਲੇ ਢਿੱਡ ਚ ਜਗ੍ਹਾ ਬਣ ਜੂ ਖਾਣ ਨੂੰ। ਖਾਣੇ ਆ, ਸਤਿ ਸ੍ਰੀ ਅਕਾਲ ਹੀ ਕਰੀ ਜਾਂਦੀ ਹੈ। ਵੇਖ ਲਓ ਦੀਦੀ, ਤੁਸੀਂ ਮੰਮੀ ਨੂੰ ਕਮੀ ਡਾਉਂਦੇ, ਮੰਮੀ ਨੇ ਤੁਹਾਨੂੰ ਡਾਤਾ ਜੇ। ਚਲੋ ਹੋ ਗਈ ਪਕੌੜਿਆਂ ਦੀ ਤਿਆਰੀ, ਹੁਣ ਲੱਗੇ ਨੇ ਨਿਕਲਣ। ਕੱਢੋ ਕੱਢੋ ਹੁਣ ਛੇਤੀ। ਹੁਣ ਵੇਖੋ ਪਲਕ ਸਾਡੀ ਵਿਚਾਰੀ ਨਾ ਇੰਨਾ ਕੰਮ ਕਰਾਇਆ ਨਾ ਮੇਰੇ ਲੱਗੋ ਜੇ, ਇਹਨੇ ਮੈਨੂੰ ਸਾਰੀਆਂ ਚੀਜ਼ਾਂ ਲਿਆ ਕੇ ਬਣਾਈਆਂ ਹੈ ਨਾ। ਪਲਕ ਨੂੰ ਸਭ ਤੋਂ ਵੱਧ ਦੇਣੇ ਆ ਕਿ ਨਾ ਦੇਈਏ ਇਹਨੂੰ? ਵੇਖ ਲਿਓ ਹੈਂ, ਦੂਜੀ ਵੀ ਆ ਗਈ ਹੈ ਪਕੌੜਿਆਂ ਦਾ ਨਾਮ ਸੁਣ ਕੇ। ਆਹੋ ਸਾਹਿਲ ਨੂੰ ਪੁੱਛ ਕੇ ਆ ਪਕੌੜੇ, ਇਹਨੇ ਤੇ ਚਟਨੀ ਖਾਣੀ ਪਕੌੜੇ ਭਾਵੇਂ ਘੱਟ ਹੀ ਖਾਏ। ਹੁਣ ਸਹਿਲ ਨੂੰ ਪੁੱਛਦੇ ਹਾਂ ਜਾ ਕੇ। ਸਹਿਲ ਦੱਸ ਜੀ, ਕਹਿੰਦੇ ਖਾਣੂ? ਇਹ ਤੁਹਾਡਾ ਤਾਂ ਸੀ ਕਿ ਪਕੌੜੇ ਨਾ ਨਿਕਲਣ, ਛੇਤੀ ਘਰ ਚੱਲੀਏ, ਪਰ ਸਾਡੀ ਸਲਾਹ ਹੀ ਜੇ ਹੁਣ ਮੂੰਹ ਕੱਢਿਆ ਵਾ ਤਾਂ ਅਸੀਂ ਕੱਢਣੇ ਆ ਹੁਣ। ਇਹ ਨਾ ਮੇਰਾ ਜਿਆ ਵਾ, ਇਹ ਆ ਗਿਆ ਸੀ ਆਪਣੀ ਭੂਈ ਕੋ, ਉੱਥੋਂ ਖਾ ਕੇ ਆਇਆ ਵਾ ਹੁਣ। ਭੂਈ ਕੋ ਤਾਂ ਪਰਸੋਂ ਚੌਥ ਆ ਗਿਆ, ਉਹਦੇ ਜਿਆ ਦਿਨ ਦਾ ਥੋੜਾ ਹੋਣਾ ਸੀ ਮੈਂ। ਲੈ ਫਿਰ ਵੀ ਤੇ ਹੁੰਦਾ ਹੀ ਹੈ ਨਾ, ਇੱਕ ਦੋ ਦਿਨ ਹੋ ਗਿਆ ਖਾਧਿਆਂ ਨੂੰ। ਬੰਦਾ ਹੀ ਭਰਾ, ਇਹ ਪਕੌੜੇ ਬਿਲਕੁਲ ਲਿਆ।
निकल दे ने लेओ लेओ चल गरम गरम खाओ मजा आंदा खांदा सगो और वो लगी है लगी है चलो चलो लियो ने हुन लियो लावांगे गर्मिया वाली सब्जी बतौ लावे कद्दू लावे चावल झाती मारो मैं चाह तड़ी है बस मैं चली चाह वेखन लगी प्लेटा लेके आओ सब तो पहला पप्पू नू दईए खाने नहीं पहला पापा वड्डे पापा खान गे लगे ने पकौड़े खाने ए बड़िया स्कीन आ इना चटनी ज्यादा खानी है पकौड़े घट खाने आ पापा नु दो चटनी खाई पर पकौड़े वाले वेखर इधर छेती छेती कड़ो तुम भी हूं छेती कड़ो उधर खा भी चले जे चार जने डे दे खान उधर नहीं नहीं कोई नी कोई नी कठे खावे बाद पहला उन्होंने खवा लीए मैं हम पाला चाह च दुध कौड़े ती खाई जा रहे ये दसिया नी कि बने ने साहिल दसो कि बने भाजी स्वाद बने ने चलो।